ਸਾਡਾ ਫਸਟ ਕੁਐਸਚਨ ਹੈ ਜੀ, ਤਿੰਨ ਫੇਜ਼ ਦੀ ਪਾਵਰ 2 ਵਾਟ ਮੀਟਰ ਵਿਧੀ ਨਾਲ ਕਿਸ ਵੇਲੇ ਮਾਪੀ ਜਾਂਦੀ ਹੈ? ਫਸਟ ਆਪਸ਼ਨ ਹੈ ਜੀ ਸਾਡਾ ਲੋਡ ਬੈਲੈਂਸਡ ਹੋਵੇ, ਸੈਕਿੰਡ ਹੈ ਜੀ ਲੋਡ ਅਨਬੈਲੈਂਸਡ ਹੋਵੇ, ਥਰਡ ਹੈ ਜੀ ਦੋਵੇਂ ਬੈਲੈਂਸਡ ਅਤੇ ਅਨਬੈਲੈਂਸਡ ਲੋਡ 'ਤੇ, ਚਾਰ ਹੈ ਜੀ ਜਦੋਂ ਲੋਡ ਕੇਵਲ ਰਜਿਸਟਿਵ ਹੋਵੇ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 2, ਲੋਡ ਅਨਬੈਲੈਂਸਡ ਹੋਵੇ। ਠੀਕ ਹੈ ਜੀ, ਜਦੋਂ ਲੋਡ ਅਨਬੈਲੈਂਸਡ ਹੁੰਦਾ ਜੀ ਉਸ ਸਮੇਂ ਅਸੀਂ ਤਿੰਨ ਫੇਜ ਪਾਵਰ ਵਿੱਚ 2 ਵਾਟ ਮੀਟਰ ਲਾਵਾਂਗੇ। ਠੀਕ ਹੈ ਜੀ, ਜਦੋਂ ਬੈਲੈਂਸ ਹੁੰਦਾ ਜੀ ਲੋਡ ਉਸ ਵੇਲੇ ਕੇਵਲ 1 ਹੀ ਵਾਟ ਮੀਟਰ ਲੱਗੂਗਾ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ, 2 ਵਾਟ ਮੀਟਰ ਵਿਧੀ ਵਿੱਚ ਵਾਟ ਮੀਟਰ 1 ਬਰਾਬਰ ਹੋਵੇ ਵਾਟ ਮੀਟਰ 2 ਦੇ ਤਾਂ ਕੋਸ ਥੀਟਾ ਦੀ ਮਾਤਰਾ ਹੋਵੇਗੀ। ਅਸੀਂ ਦੱਸਣੀ ਹੈ ਜੀ ਜੇਕਰ ਵਾਟ ਮੀਟਰ 1 ਅਤੇ 2 ਦੋਵੇਂ ਬਰਾਬਰ ਹੋਣ ਜੀ ਤਾਂ ਕੋਸ ਥੀਟੇ ਦੀ ਮਾਤਰਾ ਕਿੰਨੀ ਹੋਊਗੀ ਜੀ? ਸਾਡਾ ਆਪਸ਼ਨ 1 ਹੈ ਜੀ 1, 2 ਹੈ ਜੀ 0.5, 3 ਹੈ ਜੀ 0, 4 ਹੈ ਜੀ 2। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 1, 1। ਠੀਕ ਹੈ ਜੀ, ਕੋਸ ਥੀਟਾ ਦੀ ਮਾਤਰਾ 1 ਹੋਵੇਗੀ। ਆਓ ਜੀ ਅਸੀਂ ਇੱਕ ਸਾਰਣੀ ਦੇਖ ਲੈਂਦੇ ਹਾਂ। ਆ ਤੁਹਾਡੇ ਸਾਹਮਣੇ ਜੀ, ਜੇਕਰ ਦੋਵੇਂ ਬਰਾਬਰ ਹੋਣ ਜੀ ਵਾਟ ਮੀਟਰ ਤਾਂ ਕੋਸ ਥੀਟਾ 1 ਹੋਵੇਗਾ ਜੀ, ਜੇਕਰ ਦੋਵੇਂ ਬਰਾਬਰ ਨਾ ਹੋਣ ਜੀ ਤਾਂ ਇਹ ਆਜੂਗਾ ਜੀ 0.5 ਤੋਂ 1 ਦੇ ਵਿਚਕਾਰ ਜੀ ਕੋਸ ਥੀਟਾ ਸਾਡਾ। ਜੇਕਰ ਜੀ ਕੇਵਲ 1 ਵਾਟ ਮੀਟਰ ਦਿੱਤਾ ਹੋਵੇ ਜੀ ਤਾਂ ਇਹ ਸਾਡਾ ਆਜੂਗਾ 0.5। ਜੇਕਰ ਜੀ ਵਾਟ ਮੀਟਰ ਦੋਵੇਂ ਹੋਣ ਪਰ 1 ਨੈਗੇਟਿਵ ਦੇ ਵਿੱਚ ਹੋਵੇ ਜੀ, ਮਾਈਨਸ ਦੇ ਵਿੱਚ, ਤਾਂ ਇਹ ਆਜੂਗਾ ਜੀ 0 ਤੋਂ 0.5 ਦੇ ਵਿਚਕਾਰ। ਜੇਕਰ ਜੀ ਦੋਵੇਂ ਵਾਟ ਮੀਟਰ ਸਹੀ ਹੋਣ ਪਰ 1 ਨੈਗੇਟਿਵ ਹੋਵੇ ਜੀ ਤਾਂ ਆਜੂਗਾ ਜੀ 0। ਠੀਕ ਹੈ ਜੀ, ਇਹ ਸੀ ਸਾਡੇ ਕੋਸ ਥੀਟਾ ਜੀ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ ਜੀ, ਟਰਾਂਸਫਾਰਮਰ ਨੂੰ ਠੰਡਾ ਕਰਨ ਵਾਸਤੇ ਕਿਹੜਾ ਤੇਲ ਵਰਤਿਆ ਜਾਂਦਾ ਹੈ? ਟਰਾਂਸਫਾਰਮਰ ਨੂੰ ਠੰਡਾ ਕਰਨ ਲਈ ਕਿਹੜਾ ਤੇਲ ਵਰਤਿਆ ਜਾਂਦਾ ਜੀ? ਆਪਸ਼ਨ ਨੰਬਰ 1 ਹੈ ਜੀ ਕੋਕੋਨਟ ਆਇਲ, ਆਪਸ਼ਨ ਨੰਬਰ 2 ਹੈ ਜੀ ਸਰਸੋਂ ਆਇਲ, ਆਪਸ਼ਨ ਨੰਬਰ 3 ਹੈ ਜੀ ਮੋਵਲ ਆਇਲ, ਆਪਸ਼ਨ ਨੰਬਰ 4 ਹੈ ਜੀ ਮਿਨਰਲ ਆਇਲ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 4, ਮਿਨਰਲ ਆਇਲ। ਠੀਕ ਹੈ ਜੀ, ਜਿਸ ਨੂੰ ਅਸੀਂ ਖਣਿਜ ਤੇਲ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ, ਟਰਾਂਸਫਾਰਮਰ ਦਾ ਓਪਨ ਸਰਕਟ ਟੈਸਟ ਕਿਹੜੇ ਲਾਸ 'ਚ ਦੱਸਦਾ ਹੈ? ਜੋ ਟਰਾਂਸਫਾਰਮਰ ਦਾ ਓਪਨ ਸਰਕਟ ਟੈਸਟ ਹੁੰਦਾ ਜੀ ਉਹ ਸਾਨੂੰ ਕਿਹੜੇ ਲਾਸ 'ਚ ਦੱਸਦਾ, ਮਤਲਬ ਹਾਨੀਆਂ ਕਿਹੜੀਆਂ ਦੱਸਦਾ ਜੀ? ਆਪਸ਼ਨ ਨੰਬਰ 1 ਹੈ ਹਿਸਟੈਰੀਸਿਜ, ਆਪਸ਼ਨ ਨੰਬਰ 2 ਹੈ ਜੀ ਐਂਟੀ ਕਰੰਟ, ਆਪਸ਼ਨ ਨੰਬਰ 3 ਹੈ ਜੀ ਕਾਪਰ, ਆਪਸ਼ਨ ਨੰਬਰ 4 ਹੈ ਜੀ ਆਇਰਨ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 4, ਆਇਰਨ। ਇਹ ਸਾਨੂੰ ਆਇਰਨ ਲਾਸ 'ਚ ਜਾਂ ਹਾਨੀਆਂ ਦੱਸਦਾ ਹੈ। ਠੀਕ ਹੈ ਜੀ, ਜਿਹੜਾ ਟਰਾਂਸਫਾਰਮਰ ਦਾ ਓਪਨ ਸਰਕਟ ਟੈਸਟ ਹੁੰਦਾ ਹੈ। ਨੈਕਸਟ ਕੁਐਸਚਨ ਹੈ ਸਾਡਾ ਜੀ, ਟਰਾਂਸਫਾਰਮਰ ਦਾ ਸ਼ਾਰਟ ਸਰਕਟ ਟੈਸਟ ਕਿਹੜਾ ਲਾਸ 'ਚ ਦੱਸਦਾ ਹੈ? ਜੋ ਸ਼ਾਰਟ ਸਰਕਟ ਟੈਸਟ ਹੁੰਦਾ ਜੀ ਉਹ ਕਿਹੜਾ ਲਾਸ ਦੱਸਦਾ ਸਾਨੂੰ ਜੀ? ਆਪਸ਼ਨ ਨੰਬਰ 1 ਹੈ ਹਿਸਟੈਰੀਸਿਜ, ਆਪਸ਼ਨ ਨੰਬਰ 2 ਹੈ ਜੀ ਐਂਡੀ ਕਰੰਟ, ਆਪਸ਼ਨ ਨੰਬਰ 3 ਹੈ ਜੀ ਕਾਪਰ, ਆਪਸ਼ਨ ਨੰਬਰ 4 ਹੈ ਜੀ ਆਇਰਨ। ਤਾਂ ਇਹਦਾ ਸਹੀ ਆਨਸਰ ਕਿਹੜਾ ਜੀ? ਆਪਸ਼ਨ ਨੰਬਰ 3, ਕਾਪਰ। ਜੋ ਸ਼ਾਰਟ ਸਰਕਟ ਟੈਸਟ ਹੁੰਦਾ ਜੀ ਇਹ ਸਾਨੂੰ ਕਾਪਰ ਹਾਨੀਆਂ ਬਾਰੇ ਦੱਸਦਾ ਹੈ। ਨੈਕਸਟ ਕੁਐਸਚਨ ਹੈ ਸਾਡਾ, ਕਿਹੜਾ ਅਲਟਰਨੇਟਰ ਵੱਧ ਵਰਤਿਆ ਜਾਂਦਾ ਹੈ? ਅਸੀਂ ਦੱਸਣਾ ਜੀ ਕਿਹੜਾ ਅਲਟਰਨੇਟਰ ਇਹਨਾਂ ਵਿੱਚੋਂ ਜਿਹੜਾ ਵੱਧ ਵਰਤਿਆ ਜਾਂਦਾ ਜੀ। ਆਪਸ਼ਨ ਨੰਬਰ 1 ਹੈ ਜੀ ਸਥਿਰ ਫੀਲਡ, ਆਪਸ਼ਨ ਨੰਬਰ 2 ਹੈ ਜੀ ਘੁੰਮਦਾ ਫੀਲਡ, ਆਪਸ਼ਨ ਨੰਬਰ 3 ਹੈ ਜੀ ਸਿੰਗਲ ਫੇਜ, ਆਪਸ਼ਨ ਨੰਬਰ 4 ਹੈ ਜੀ 3 ਫੇਜ ਡੈਲਟਾ ਕਨੈਕਟਡ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 2, ਘੁੰਮਦਾ ਫੀਲਡ। ਜੋ ਘੁੰਮਦਾ ਫੀਲਡ ਅਲਟਰਨੇਟਰ ਹੁੰਦਾ ਜੀ ਉਹ ਸਭ ਨਾਲੋਂ ਵੱਧ ਵਰਤਿਆ ਜਾਂਦਾ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ, ਘੁੰਮਦੇ ਫੀਲਡ ਅਲਟਰਨੇਟਰ ਦੇ ਕਿਸ ਭਾਗ ਤੋਂ ਸਪਲਾਈ ਲਈ ਜਾਂਦੀ ਹੈ? ਜੋ ਘੁੰਮਦਾ ਫੀਲਡ ਅਲਟਰਨੇਟਰ ਹੁੰਦਾ ਜੀ ਉਸਦੇ ਕਿਹੜੇ ਭਾਗ ਤੋਂ ਸਪਲਾਈ ਲਈ ਜਾਂਦੀ ਹੈ? ਆਪਸ਼ਨ ਨੰਬਰ 1 ਹੈ ਜੀ ਐਕਸਾਈਟਰ, ਆਪਸ਼ਨ ਨੰਬਰ 2 ਹੈ ਜੀ ਰੋਟਰ, ਆਪਸ਼ਨ ਨੰਬਰ 3 ਹੈ ਸਟੇਟਰ, ਆਪਸ਼ਨ ਨੰਬਰ 4 ਹੈ ਜੀ ਪ੍ਰਾਈਮ ਮੂਵਰ। ਤਾਂ ਇਹਦਾ ਸਹੀ ਆਨਸਰ ਕੀ ਹੈ ਸਾਡਾ? ਆਪਸ਼ਨ ਨੰਬਰ 3, ਸਟੇਟਰ। ਠੀਕ ਹੈ ਜੀ, ਸਟੇਟਰ ਦੇ ਵਿੱਚੋਂ ਸਪਲਾਈ ਜੋ ਹੈ ਉਹ ਲਈ ਜਾਂਦੀ ਹੈ, ਸਟੇਟਰ ਦੇ ਵਿੱਚ ਰੋਟਰ ਹੁੰਦਾ ਜੀ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ ਜੀ, ਸਿਨਕਰੋਨਸ ਮੋਟਰ ਨੂੰ ਵਰਤ ਸਕਦੇ ਹਾਂ? ਜੋ ਸਿਨਕਰੋਨਸ ਮੋਟਰ ਹੁੰਦੀ ਹੈ ਜੀ ਉਸਨੂੰ ਕਾਹਦੇ ਲਈ ਵਰਤ ਸਕਦੇ ਹਾਂ ਜੀ? ਆਪਸ਼ਨ ਨੰਬਰ 1 ਹੈ ਜੀ NS ਸਿਨਕਰੋਨ ਸਪੀਡ 'ਤੇ, ਆਪਸ਼ਨ ਨੰਬਰ 2 ਹੈ ਜੀ 2% ਸਲਿੱਪ 'ਤੇ, ਆਪਸ਼ਨ ਨੰਬਰ 3 ਹੈ ਜੀ 4% ਸਲਿੱਪ 'ਤੇ, ਆਪਸ਼ਨ ਨੰਬਰ 4 ਹੈ ਜੀ 5% ਸਲਿੱਪ 'ਤੇ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 1, NS ਸਿਨਕਰੋਨਸ ਸਪੀਡ 'ਤੇ। ਠੀਕ ਹੈ ਜੀ, ਸਿਨਕਰੋਨ ਮੋਟਰ ਨੂੰ ਅਸੀਂ NS ਸਿਨਕਰੋਨ ਸਪੀਡ 'ਤੇ ਵਰਤ ਸਕਦੇ ਹਾਂ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ, ਸ਼ੁੱਧ ਇੰਡਕਟਿਵ ਸਰਕਟ ਦੀ ਪਾਵਰ ਹੁੰਦੀ ਹੈ? ਜੋ ਸ਼ੁੱਧ ਇੰਡਕਟਿਵ ਸਰਕਟ ਹੁੰਦਾ ਜੀ ਉਸਦੀ ਪਾਵਰ ਦੱਸਣੀ ਅਸੀਂ ਕਿੰਨੀ ਹੁੰਦੀ ਹੈ ਜੀ? ਆਪਸ਼ਨ ਨੰਬਰ 1 ਹੈ ਜੀ ਵੱਧ, ਆਪਸ਼ਨ ਨੰਬਰ 2 ਹੈ ਜੀ ਘੱਟ, ਆਪਸ਼ਨ ਨੰਬਰ 3 ਹੈ ਜੀ ਬਹੁਤ ਘੱਟ, ਆਪਸ਼ਨ ਨੰਬਰ 4 ਹੈ ਜੀ 0। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 4, 0। ਜੋ ਸ਼ੁੱਧ ਇੰਡਕਟਿਵ ਸਰਕਟ ਹੁੰਦਾ ਜੀ ਉਸਦੀ ਜੋ ਪਾਵਰ ਹੁੰਦੀ ਹੈ ਜੀ ਉਹ ਹਮੇਸ਼ਾ 0 ਹੁੰਦੀ ਹੈ। ਠੀਕ ਹੈ ਜੀ,
ਤੁਸੀਂ ਖੁਦ ਵੀ ਇਹ ਸਾਰੇ ਕੁਐਸਚਨ ਕਰਕੇ ਦੇਖਣੇ ਨੇ ਜੀ। ਨੈਕਸਟ ਕੁਐਸਚਨ ਹੈ ਜੀ, ਆਰਮੇਚਰ ਲੈਮੀਨੇਟਿਡ ਕੋਰ ਦਾ ਬਣਾਇਆ ਜਾਂਦਾ ਹੈ ਤਾਂ ਜੋ ਘੱਟ ਹੋ ਜਾਵੇ, ਕੀ ਘੱਟ ਕਰਨ ਵਾਸਤੇ ਬਣਾਇਆ ਜਾਂਦਾ ਜੀ ਲੈਮੀਨੇਟਿਡ ਕੋਰ ਦਾ? ਆਪਸ਼ਨ ਨੰਬਰ 1 ਹੈ ਜੀ ਵੋਲਟੇਜ ਲਈ, ਆਪਸ਼ਨ ਨੰਬਰ 2 ਹੈ ਜੀ ਕਰੰਟ ਘੱਟ ਕਰਨ ਲਈ, ਆਪਸ਼ਨ ਨੰਬਰ 3 ਹੈ ਐਂਟੀ ਕਰੰਟ ਲਾਸਿਜ ਘੱਟ ਕਰਨ ਲਈ, ਆਪਸ਼ਨ ਨੰਬਰ 4 ਹੈ ਜੀ ਕਾਪਰ ਲਾਸਿਜ ਘੱਟ ਕਰਨ ਲਈ। ਤਾਂ ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 3, ਐਂਟੀ ਕਰੰਟ ਲਾਸਿਜ ਨੂੰ ਘੱਟ ਕਰਨ ਵਾਸਤੇ। ਠੀਕ ਹੈ ਜੀ, ਜੋ ਆਰਮੇਚਰ ਲੈਮੀਨੇਟਡ ਕੋਰ ਬਣਾਇਆ ਜਾਂਦਾ ਜੀ, ਇਹ ਐਂਟੀ ਕਰੰਟ ਜੋ ਹਾਨੀਆਂ ਹੁੰਦੀਆਂ ਨੇ ਉਹਨਾਂ ਨੂੰ ਘੱਟ ਕਰਨ ਵਾਸਤੇ ਬਣਾਇਆ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ ਜੀ, ਆਰਮੇਚਰ ਰਿਐਕਸ਼ਨ ਰੂਪ ਵਿਗਾੜ ਦਿੰਦਾ ਹੈ। ਆਰਮੇਚਰ ਰਿਐਕਸ਼ਨ ਹੁੰਦਾ ਜੀ, ਜਦੋਂ ਆਰਮੇਚਰ ਦੇ ਵਿੱਚ ਰਿਐਕਸ਼ਨ ਹੁੰਦਾ ਉਹ ਕਿਹੜਾ ਰੂਪ ਵਿਗਾੜ ਦਿੰਦਾ ਜੀ? ਆਪਸ਼ਨ ਨੰਬਰ 1 ਹੈ ਜੀ ਮੁੱਖ ਫੀਲਡ ਦਾ, ਆਪਸ਼ਨ ਨੰਬਰ 2 ਹੈ ਜੀ ਕੋਰ ਦਾ, ਆਪਸ਼ਨ ਨੰਬਰ 3 ਹੈ ਜੀ ਵਾਈਂਡਿੰਗ ਦਾ, ਆਪਸ਼ਨ ਨੰਬਰ 4 ਹੈ ਜੀ ਕਰੰਟ ਦਾ। ਤਾਂ ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 1 ਮੁੱਖ ਫੀਲਡ ਦਾ। ਜੋ ਮੁੱਖ ਫੀਲਡ ਹੈ ਜੀ ਆਰਮੇਚਰ ਰਿਐਕਸ਼ਨ ਉਸਦਾ ਰੂਪ ਜੋ ਹੈ ਉਹ ਵਿਗਾੜ ਦਿੰਦਾ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ ਜੀ, ਆਟੋਮੈਟਿਕ ਸਰਕਟ ਬ੍ਰੇਕਰ ਸਰਕਟ ਨੂੰ ਡਿਸਕਨੈਕਟ ਕਰਦਾ ਹੈ। ਆਪਸ਼ਨ ਨੰਬਰ 1 ਹੈ ਜੀ ਨਾਰਮਲ ਕਰੰਟ ਤੇ, ਆਪਸ਼ਨ ਨੰਬਰ 2 ਹੈ ਸ਼ਾਰਟ ਸਰਕਟ ਵੇਲੇ, ਆਪਸ਼ਨ ਨੰਬਰ 3 ਹੈ ਜੀ ਓਵਰਲੋਡ ਵੇਲੇ, ਆਪਸ਼ਨ ਨੰਬਰ 4 ਹੈ ਜੀ ਅਰਥ ਫਾਲਟ ਵੇਲੇ। ਤਾਂ ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 2 ਸ਼ਾਰਟ ਸਰਕਟ ਵੇਲੇ। ਜੋ ਆਟੋਮੈਟਿਕ ਸਰਕਟ ਬ੍ਰੇਕਰ ਹੁੰਦੇ ਜੀ ਉਹ ਜਦੋਂ ਸ਼ਾਰਟ ਸਰਕਟ ਹੁੰਦਾ ਜੀ ਸਰਕਟ ਨੂੰ ਡਿਸਕਨੈਕਟਡ ਕਰ ਦਿੰਦਾ ਹੈ। ਠੀਕ ਹੈ ਜੀ, ਤਾਂ ਜੋ ਸਰਕਟ ਹੈ ਖਰਾਬ ਨਾ ਹੋਵੇ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ, ਸਿਨਕਰੋਨਸਕੋਪ ਦੀ ਵਰਤੋਂ ਪੈਰਲਲ ਕਨੈਕਸ਼ਨ ਕਰਨ ਸਮੇਂ ਠੀਕ ਤੇ ਢੁਕਵਾਂ ਵੇਲਾ ਵੇਖਣ ਲਈ, ਆਪਸ਼ਨ ਨੰਬਰ 1 ਹੈ ਡੀਸੀ ਜਨਰੇਟਰਾਂ ਨਾਲ, ਆਪਸ਼ਨ ਨੰਬਰ 2 ਹੈ ਟਰਾਂਸਫਾਰਮਰ ਨਾਲ, ਆਪਸ਼ਨ ਨੰਬਰ 3 ਹੈ ਅਲਟਰਨੇਟਰਾਂ ਨਾਲ, ਆਪਸ਼ਨ ਨੰਬਰ 4 ਹੈ ਓਵਨਸ ਨਾਲ। ਤਾਂ ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 3 ਅਲਟਰਨੇਟਰਾਂ ਨਾਲ। ਠੀਕ ਹੈ ਜੀ, ਅਲਟਰਨੇਟਰਾਂ ਲਈ ਵਰਤੀ ਜਾਂਦੀ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ ਜੀ, ਚੱਲਣ ਵੇਲੇ ਕਿਸ ਨੂੰ ਸਿਨਕਰੋਨਾਈਜ਼ਡ ਕਰਨਾ ਪੈਂਦਾ ਹੈ? ਆਪਸ਼ਨ ਨੰਬਰ 1 ਹੈ ਜੀ ਹੀਟਰ, ਆਪਸ਼ਨ ਨੰਬਰ 2 ਹੈ ਜੀ ਮੋਟਰ 1, ਆਪਸ਼ਨ ਨੰਬਰ 3 ਹੈ ਜੀ ਮੋਟਰ 3, ਆਪਸ਼ਨ ਨੰਬਰ 4 ਹੈ ਜੀ ਰੋਟਰੀ ਕਨਵਰਟਰ। ਤਾਂ ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 4 ਰੋਟਰੀ ਕਨਵਰਟਰ। ਠੀਕ ਹੈ ਜੀ, ਰੋਟਰੀ ਕਨਵਰਟਰ ਨੂੰ ਸਿਨਕਰੋਨਾਈਜ਼ਡ ਕਰਨਾ ਪੈਂਦਾ ਜੀ ਚਲਾਉਣ ਵੇਲੇ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ ਜੀ, ਡੀਸੀ ਆਰਮੇਚਰ ਵਿੱਚ ਕਮਿਊਟੇਟਰ ਸੈਗਮੈਂਟ ਦੀ ਸੰਖਿਆ ਬਰਾਬਰ ਹੁੰਦੀ ਹੈ? ਅਸੀਂ ਦੱਸਣਾ ਜੀ ਡੀਸੀ ਆਰਮੇਚਰ ਵਿੱਚ ਕਮਿਊਟੇਟਰ ਸੈਗਮੈਂਟ ਦੀ ਜੋ ਸੰਖਿਆ ਹੁੰਦੀ ਹੈ ਜੀ ਉਹ ਕਿਹਦੇ ਬਰਾਬਰ ਹੁੰਦੀ ਹੈ ਜੀ? ਆਪਸ਼ਨ ਨੰਬਰ 1 ਹੈ ਜੀ ਕੋਇਲਾਂ ਦੇ, ਆਪਸ਼ਨ ਨੰਬਰ 2 ਹੈ ਜੀ ਕੋਇਲਾਂ ਦੇ ਐਕਟਿਵ ਸਾਈਡਾਂ ਦੇ, ਆਪਸ਼ਨ ਨੰਬਰ 3 ਹੈ ਜੀ ਬੈਂਕ ਪਿੱਚ ਦੇ, ਆਪਸ਼ਨ ਨੰਬਰ 4 ਹੈ ਜੀ ਫਰੰਟ ਪਿੱਚ ਦੇ। ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 1 ਕੋਇਲਾਂ ਦੇ। ਜੋ ਆਰਮੇਚਰ ਦੇ ਵਿੱਚ ਕਮਿਊਟੇਟਰ ਸੈਗਮੈਂਟ ਹੁੰਦੇ ਨੇ ਜੀ ਲੱਗੇ ਹੋਏ ਉਹ ਕੋਇਲਾਂ ਦੇ ਬਰਾਬਰ ਹੁੰਦੇ ਹਨ। ਨੈਕਸਟ ਕੁਐਸਚਨ ਹੈ ਜੀ, ਪੁਰਾਣੀ ਤਾਰ ਨਹੀਂ ਵਰਤਣੀ ਚਾਹੀਦੀ। ਕਿਉਂ ਨਹੀਂ ਵਰਤਣੀ, ਕਿਸ ਲਈ ਨਹੀਂ ਵਰਤਣੀ ਚਾਹੀਦੀ ਜੀ? ਆਪਸ਼ਨ ਨੰਬਰ 1 ਹੈ ਜੀ ਆਰਮੇਚਰ ਵਾਈਂਡਿੰਗ ਲਈ, ਆਪਸ਼ਨ ਨੰਬਰ 2 ਹੈ ਜੀ ਕੋਰ ਲੈਮੀਨੇਸ਼ਨ ਲਈ, ਆਪਸ਼ਨ ਨੰਬਰ 3 ਹੈ ਜੀ ਕਮਿਊਟੇਟਰ ਸੈਗਮੈਂਟ ਲਈ, ਆਪਸ਼ਨ ਨੰਬਰ 4 ਹੈ ਜੀ ਕਨੈਕਸ਼ਨ ਦੇਣ ਲਈ। ਤਾਂ ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 1 ਆਰਮੇਚਰ ਵਾਈਂਡਿੰਗ ਲਈ। ਸਾਨੂੰ ਕਦੇ ਵੀ ਆਰਮੇਚਰ ਵਾਈਂਡਿੰਗ ਦੇ ਲਈ ਪੁਰਾਣੀ ਤਾਰ ਨਹੀਂ ਵਰਤਣੀ ਚਾਹੀਦੀ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ ਜੀ, ਇਲੈਕਟ੍ਰਿਕ ਬਜਰ ਵਿੱਚ ਹੁੰਦਾ ਹੈ। ਜੋ ਇਲੈਕਟ੍ਰਿਕ ਬਜਰ ਹੁੰਦਾ ਜੀ ਉਸਦੇ ਵਿੱਚ ਕੀ ਹੁੰਦਾ ਜੀ? ਆਪਸ਼ਨ ਨੰਬਰ 1 ਹੈ ਜੀ ਗੈਗ, ਆਪਸ਼ਨ ਨੰਬਰ 2 ਹੈ ਜੀ ਸਟ੍ਰਾਈਕਰ, ਆਪਸ਼ਨ ਨੰਬਰ 3 ਹੈ ਜੀ ਦੋਵੇਂ, ਆਪਸ਼ਨ ਨੰਬਰ 4 ਹੈ ਜੀ ਕੋਈ ਵੀ ਨਹੀਂ। ਤਾਂ ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 3 ਗੈਗ ਅਤੇ ਸਟ੍ਰਾਈਕਰ ਦੋਵੇਂ। ਠੀਕ ਹੈ ਜੀ, ਜੋ ਬਜਰ ਹੁੰਦਾ ਜੀ ਇਸਦੇ ਵਿੱਚ ਗੈਗ ਅਤੇ ਸਟ੍ਰਾਈਕਰ ਦੋਵੇਂ ਹੁੰਦੇ ਨੇ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਸਾਡਾ ਜੀ, ਫਾਇਰ ਅਲਾਰਮ ਸਭ ਤੋਂ ਵੱਧ ਸੁਰੱਖਿਆ ਦਿੰਦਾ ਹੈ। ਜੋ ਫਾਇਰ ਅਲਾਰਮ ਹੁੰਦਾ ਜੀ ਉਹ ਸਭ ਤੋਂ ਵੱਧ ਸੁਰੱਖਿਆ ਕਿਹਦੇ ਦਿੰਦਾ ਜੀ? ਆਪਸ਼ਨ ਨੰਬਰ 1 ਹੈ ਜੀ ਓਪਨ ਸਰਕਟ ਤੇ, ਆਪਸ਼ਨ ਨੰਬਰ 2 ਹੈ ਜੀ ਸ਼ਾਰਟ ਸਰਕਟ ਤੇ, ਆਪਸ਼ਨ ਨੰਬਰ 3 ਹੈ ਜੀ ਕਲੋਜ਼ਡ ਸਰਕਟ ਤੇ, ਆਪਸ਼ਨ ਨੰਬਰ 4 ਹੈ ਜੀ ਕੋਈ ਵੀ ਨਹੀਂ। ਤਾਂ ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 2 ਸ਼ਾਰਟ ਸਰਕਟ ਤੇ। ਜੋ ਫਾਇਰ ਅਲਾਰਮ ਹੈ ਜੀ ਉਹ ਸ਼ਾਰਟ ਸਰਕਟ ਤੇ ਸਭ ਤੋਂ ਵੱਧ ਸੁਰੱਖਿਆ ਦਿੰਦਾ ਹੈ। ਨੈਕਸਟ ਕੁਐਸਚਨ ਹੈ ਸਾਡਾ ਜੀ, ਕਿਸ ਇੰਸਟਰੂਮੈਂਟ ਦੀ ਸਕੇਲ ਸਮਾਨ ਰੂਪ ਵਿੱਚ ਵੰਡੀ ਨਹੀਂ ਹੁੰਦੀ? ਅਸੀਂ ਦੱਸਣਾ ਜੀ ਕਿਹੜਾ ਇੰਸਟਰੂਮੈਂਟ ਹੈ ਜੀ ਜਿਸਦੀ ਸਕੇਲ ਸਮਾਨ ਰੂਪ ਦੇ ਵਿੱਚ ਨਹੀਂ ਵੰਡੀ ਹੁੰਦੀ ਜੀ। ਆਪਸ਼ਨ ਨੰਬਰ 1 ਹੈ ਜੀ ਵਾਟ ਮੀਟਰ, ਆਪਸ਼ਨ ਨੰਬਰ 2 ਹੈ ਜੀ ਐਮ ਸੀ ਮੀਟਰ, ਆਪਸ਼ਨ ਨੰਬਰ 3 ਹੈ ਜੀ ਐਮ ਆਈ ਮੀਟਰ, ਆਪਸ਼ਨ ਨੰਬਰ 4 ਹੈ ਜੀ ਫ੍ਰੀਕੁਐਂਸੀ ਮੀਟਰ। ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 3 ਐਮ ਆਈ ਮੀਟਰ। ਜੋ ਐਮ ਆਈ ਮੀਟਰ ਹੈ ਜੀ ਉਸਦੀ ਸਕੇਲ ਜੋ ਹੈ ਉਹ ਸਮਾਨ ਰੂਪ ਵਿੱਚ ਨਹੀਂ ਵੰਡੀ ਹੁੰਦੀ ਜੀ, ਬਾਕੀ ਇਹਨਾਂ ਸਾਰਿਆਂ ਦੀ ਵੰਡੀ ਹੁੰਦੀ ਹੈ ਜੀ। ਵਾਟ ਮੀਟਰ ਹੋ ਗਿਆ ਜੀ, ਐਮ ਸੀ ਮੀਟਰ ਹੋ ਗਿਆ ਅਤੇ ਫ੍ਰੀਕੁਐਂਸੀ ਮੀਟਰ, ਇਹਨਾਂ ਤਿੰਨਾਂ ਦੀ ਜੋ ਸਕੇਲ ਹੈ ਉਹ ਸਮਾਨ ਰੂਪ ਵਿੱਚ ਵੰਡੀ ਹੁੰਦੀ ਹੈ। ਨੈਕਸਟ ਕੁਐਸਚਨ ਹੈ ਸਾਡਾ ਜੀ, ਕਿਸ ਇੰਸਟਰੂਮੈਂਟ ਦੀ ਸਕੇਲ ਸਮਾਨ ਰੂਪ ਵਿੱਚ ਵੰਡੀ ਹੁੰਦੀ ਹੈ?
ਆਪਸ਼ਨ ਨੰਬਰ 1 ਹੈ ਜੀ ਐਮ ਆਈ ਵੋਲਟਮੀਟਰ, ਆਪਸ਼ਨ ਨੰਬਰ 2 ਹੈ ਜੀ ਐਮ ਆਈ ਐਮ ਮੀਟਰ, ਆਪਸ਼ਨ ਨੰਬਰ 3 ਹੈ ਜੀ ਐਮ ਸੀ ਵੋਲਟਮੀਟਰ, ਆਪਸ਼ਨ ਨੰਬਰ 4 ਹੈ ਜੀ ਹਾਰਟ ਵਾਇਰ ਮੀਟਰ। ਤਾਂ ਇਸ ਦਾ ਸਹੀ ਆਨਸਰ ਕੀ ਆ ਜਾਊਗਾ ਸਾਡਾ ਜੀ ਆਪਸ਼ਨ ਨੰਬਰ 3 ਐਮ ਸੀ ਵੋਲਟ ਮੀਟਰ। ਠੀਕ ਹੈ ਜੀ, ਜੋ ਐਮ ਸੀ ਵੋਲਟ ਮੀਟਰ ਹੁੰਦਾ ਜੀ ਉਸਦੀ ਸਕੇਲ ਸਮਾਨ ਰੂਪ ਵਿੱਚ ਵੰਡੀ ਹੁੰਦੀ ਹੈ। ਨੈਕਸਟ ਕੁਸ਼ਚਨ ਹੈ ਸਾਡਾ ਜੀ ਕਿਹੜਾ ਇੰਸਟਰੂਮੈਂਟ ਏਸੀ ਅਤੇ ਡੀਸੀ ਦੋਹਾਂ ਲਈ ਵਰਤਿਆ ਜਾਂਦਾ ਹੈ। ਅਸੀਂ ਦੱਸਣਾ ਜੀ ਏਸੀ ਅਤੇ ਡੀਸੀ ਵਾਸਤੇ ਕਿਹੜਾ ਇੰਸਟਰੂਮੈਂਟ ਵਰਤਿਆ ਜਾਂਦਾ ਜੀ ਜੋ ਦੋਹਾਂ ਦੇ ਵਿੱਚ ਪ੍ਰਯੋਗ ਹੁੰਦਾ ਹੈ। ਆਪਸ਼ਨ ਨੰਬਰ 1 ਹੈ ਜੀ ਐਮ ਸੀ ਵੋਲਟ ਮੀਟਰ, ਆਪਸ਼ਨ ਨੰਬਰ 2 ਹੈ ਜੀ ਐਮ ਸੀ ਐਮ ਮੀਟਰ, ਆਪਸ਼ਨ ਨੰਬਰ 3 ਹੈ ਜੀ ਫ੍ਰੀਕੁਐਂਸੀ ਮੀਟਰ, ਆਪਸ਼ਨ ਨੰਬਰ 4 ਹੈ ਜੀ ਐਮ ਆਈ ਮੀਟਰ। ਤਾਂ ਇਸ ਦਾ ਸਹੀ ਆਨਸਰ ਕੀ ਹੈ ਜੀ ਆਪਸ਼ਨ ਨੰਬਰ 4 ਐਮ ਆਈ ਮੀਟਰ। ਐਮ ਆਈ ਮੀਟਰ ਜੋ ਹੁੰਦਾ ਜੀ ਉਹ ਏਸੀ ਅਤੇ ਡੀਸੀ ਦੋਹਾਂ ਵਾਸਤੇ ਵਰਤਿਆ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਸਾਡਾ ਜੀ ਡਾਇਨਮੋਮੀਟਰ ਪ੍ਰਕਾਰ ਦੇ ਯੰਤਰ ਵਰਤੇ ਜਾਂਦੇ ਹਨ। ਜੋ ਡਾਇਨਮੋਮੀਟਰ ਪ੍ਰਕਾਰ ਦੇ ਯੰਤਰ ਹੁੰਦੇ ਨੇ ਜੀ ਉਹ ਕਾਹਦੇ ਲਈ ਵਰਤੇ ਜਾਂਦੇ ਨੇ? ਆਪਸ਼ਨ ਨੰਬਰ 1 ਹੈ ਧਨ ਤੇ ਰਿਣ ਚਾਰਜ ਵੇਖਣ ਲਈ, ਆਪਸ਼ਨ ਨੰਬਰ 2 ਹੈ ਸਪੈਸੀਫਿਕ ਗ੍ਰੈਵਿਟੀ ਵੇਖਣ ਲਈ, ਆਪਸ਼ਨ ਨੰਬਰ 3 ਹੈ ਸਪਲਾਈ ਫ੍ਰੀਕੁਐਂਸੀ ਵੇਖਣ ਲਈ, ਆਪਸ਼ਨ ਨੰਬਰ 4 ਹੈ ਵਾਟ ਮੀਟਰਾਂ ਲਈ। ਤਾਂ ਇਹਦਾ ਸਹੀ ਆਨਸਰ ਕੀ ਆ ਜਾਊਗਾ ਜੀ ਆਪਸ਼ਨ ਨੰਬਰ 4 ਵਾਟ ਮੀਟਰਾਂ ਲਈ। ਜੋ ਡਾਇਨਮੋਮੀਟਰ ਪ੍ਰਕਾਰ ਦੇ ਯੰਤਰ ਹੁੰਦੇ ਨੇ ਜੀ ਉਹ ਵਾਟ ਮੀਟਰਾਂ ਦੇ ਲਈ ਵਰਤੇ ਜਾਂਦੇ ਨੇ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਸਾਡਾ ਜੀ ਅਰਥ ਰਜਿਸਟੈਂਸ ਘੱਟ ਕਰਨ ਲਈ ਵਰਤਦੇ ਹਾਂ, ਕੀ ਵਰਤਦੇ ਹਾਂ ਜੀ? ਆਪਸ਼ਨ ਨੰਬਰ 1 ਹੈ ਨੀਲਾ ਥੋਥਾ, ਆਪਸ਼ਨ ਨੰਬਰ 2 ਹੈ ਡਿਸਟਿਲਡ ਵਾਟਰ, ਆਪਸ਼ਨ ਨੰਬਰ 3 ਹੈ ਰਬੜ ਦੇ ਟੁਕੜੇ, ਆਪਸ਼ਨ ਨੰਬਰ 4 ਹੈ ਸ਼ੀਸ਼ੇ ਦੇ ਟੁਕੜੇ। ਤਾਂ ਇਹਦਾ ਸਹੀ ਆਨਸਰ ਕੀ ਆ ਜਾਊਗਾ ਜੀ ਸਾਡੇ ਕੋਲ? ਆਪਸ਼ਨ ਨੰਬਰ 1 ਨੀਲਾ ਥੋਥਾ। ਜਦੋਂ ਅਸੀਂ ਅਰਥ ਰਜਿਸਟੈਂਸ ਘੱਟ ਕਰਨੀ ਹੁੰਦੀ ਹੈ ਜੀ ਤਾਂ ਉਹਦੇ ਲਈ ਨੀਲਾ ਥੋਥਾ ਵਰਤਿਆ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਸਾਡਾ ਜੀ ਚੰਗੇ ਇਨਕੈਂਡੀਸੈਂਟ ਲੈਂਪ ਦਾ ਫਿਲਾਮੈਂਟ ਹੁੰਦਾ ਹੈ। ਜੋ ਚੰਗਾ ਇਨਕੈਂਡੀਸੈਂਟ ਲੈਂਪ ਹੁੰਦਾ ਜੀ ਉਸਦਾ ਫਿਲਾਮੈਂਟ ਕਾਹਦਾ ਬਣਿਆ ਹੁੰਦਾ ਜੀ? ਆਪਸ਼ਨ ਨੰਬਰ 1 ਹੈ ਜੀ ਕਾਰਬਨ ਤਾਰ ਦਾ, ਆਪਸ਼ਨ ਨੰਬਰ 2 ਹੈ ਜੀ ਕਾਪਰ ਤਾਰ ਦਾ, ਆਪਸ਼ਨ ਨੰਬਰ 3 ਹੈ ਜੀ ਐਲੂਮੀਨੀਅਮ ਤਾਰ ਦਾ, ਆਪਸ਼ਨ ਨੰਬਰ 4 ਹੈ ਜੀ ਟੰਗਸਟਨ ਤਾਰ ਦਾ। ਤਾਂ ਇਹਦਾ ਸਹੀ ਆਨਸਰ ਕੀ ਆ ਜਾਊਗਾ ਜੀ? ਆਪਸ਼ਨ ਨੰਬਰ 4 ਟੰਗਸਟਨ ਤਾਰ ਦਾ। ਜੋ ਫਿਲਾਮੈਂਟ ਹੁੰਦਾ ਜੀ ਚੰਗੇ ਲੈਂਪ ਦਾ ਉਹ ਟੰਗਸਟਨ ਤਾਰ ਦਾ ਬਣਿਆ ਹੁੰਦਾ ਹੈ। ਨੈਕਸਟ ਕੁਸ਼ਚਨ ਹੈ ਸਾਡਾ ਜੀ ਘਰੇਲੂ ਲਾਈਟਿੰਗ ਲਈ ਵਰਤਦੇ ਹਾਂ, ਘਰੇਲੂ ਲਾਈਟਿੰਗ ਦੇ ਲਈ ਅਸੀਂ ਕਿਹੜਾ ਲੈਂਪ ਵਰਤਦੇ ਹਾਂ? ਆਪਸ਼ਨ ਨੰਬਰ 1 ਹੈ ਸੋਡੀਅਮ ਵੇਪਰ ਲੈਂਪ, ਆਪਸ਼ਨ ਨੰਬਰ 2 ਹੈ ਲੋ ਪ੍ਰੈਸ਼ਰ ਮਰਕਰੀ ਲੈਂਪ, ਆਪਸ਼ਨ ਨੰਬਰ 3 ਹੈ ਹਾਈ ਪ੍ਰੈਸ਼ਰ ਮਰਕਰੀ ਲੈਂਪ, ਆਪਸ਼ਨ ਨੰਬਰ 4 ਹੈ ਆਰਕ ਲੈਂਪ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 2 ਲੋ ਪ੍ਰੈਸ਼ਰ ਮਰਕਰੀ ਲੈਂਪ। ਠੀਕ ਹੈ ਜੀ, ਅਸੀਂ ਘਰੇਲੂ ਲਾਈਟਿੰਗ ਦੇ ਲਈ ਲੋ ਪ੍ਰੈਸ਼ਰ ਮਰਕਰੀ ਲੈਂਪ ਵਰਤਦੇ ਹਾਂ। ਨੈਕਸਟ ਕੁਸ਼ਚਨ ਹੈ ਸਾਡਾ ਜੀ ਇੰਡਕਸ਼ਨ ਮੋਟਰ ਦੀ ਸਪੀਡ ਹਮੇਸ਼ਾ ਹੀ ਹੁੰਦੀ ਹੈ, ਕਿਵੇਂ ਹੁੰਦੀ ਹੈ ਜੀ? ਆਪਸ਼ਨ ਨੰਬਰ 1 ਹੈ ਸਿਨਕਰੋਨਸ ਸਪੀਡ, ਆਪਸ਼ਨ ਨੰਬਰ 2 ਹੈ ਸਿਨਕਰੋਨ ਸਪੀਡ ਤੋਂ ਵੱਧ, ਆਪਸ਼ਨ ਨੰਬਰ 3 ਹੈ ਸਿਨਕਰੋਨ ਸਪੀਡ ਤੋਂ ਘੱਟ, ਆਪਸ਼ਨ ਨੰਬਰ 4 ਹੈ ਉਪਰੋਕਤ ਸਾਰੇ ਹੀ। ਤਾਂ ਇਹਦਾ ਸਹੀ ਆਨਸਰ ਕੀ ਆ ਜਾਊਗਾ ਸਾਡੇ ਕੋਲ? ਆਪਸ਼ਨ ਨੰਬਰ 3 ਸਿਨਕਰੋਨ ਸਪੀਡ ਤੋਂ ਘੱਟ। ਜੋ ਇੰਡਕਸ਼ਨ ਮੋਟਰਾਂ ਹੁੰਦੀਆਂ ਨੇ ਜੀ ਉਹ ਸਿਨਕਰੋਨ ਸਪੀਡ ਤੋਂ ਘੱਟ ਹੁੰਦੀਆਂ ਨੇ। ਠੀਕ ਹੈ, ਨੈਕਸਟ ਕੁਸ਼ਚਨ ਹੈ ਸਾਡਾ ਜੀ ਇਲੈਕਟ੍ਰੀਕਲ ਐਨਰਜੀ ਮਾਪਦੇ ਹਾਂ। ਜੋ ਇਲੈਕਟ੍ਰੀਕਲ ਐਨਰਜੀ ਹੁੰਦੀ ਹੈ ਜੀ ਉਹ ਅਸੀਂ ਕਦੇ ਨਾਲ ਮਾਪਦੇ ਹਾਂ ਜੀ? ਆਪਸ਼ਨ ਨੰਬਰ 1 ਹੈ ਜੀ ਵਾਟ ਮੀਟਰ, ਆਪਸ਼ਨ ਨੰਬਰ 2 ਹੈ ਜੀ ਵੋਲਟ ਮੀਟਰ ਨਾਲ, ਆਪਸ਼ਨ ਨੰਬਰ 3 ਹੈ ਜੀ ਕਿਲੋ ਵਾਟ ਪ੍ਰਤੀ ਘੰਟੇ ਨਾਲ ਮੀਟਰ ਨਾਲ, ਆਪਸ਼ਨ ਨੰਬਰ 4 ਹੈ ਜੀ ਐਮ ਮੀਟਰ ਨਾਲ। ਇਸਦਾ ਸਹੀ ਆਨਸਰ ਕੀ ਆ ਜਾਊਗਾ ਜੀ? ਆਪਸ਼ਨ ਨੰਬਰ 3 ਕਿਲੋ ਵਾਟ ਪ੍ਰਤੀ ਘੰਟਾ ਮੀਟਰ ਨਾਲ, ਇਸ ਨਾਲ ਅਸੀਂ ਇਲੈਕਟ੍ਰੀਕਲ ਐਨਰਜੀ ਨੂੰ ਮਾਪਦੇ ਹਾਂ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਸਾਡਾ ਜੀ ਹੀਟਰ ਦਾ ਐਲੀਮੈਂਟ ਬਣਿਆ ਹੁੰਦਾ ਹੈ। ਜੋ ਹੀਟਰ ਹੁੰਦੇ ਨੇ ਜੀ ਉਸਦਾ ਜੋ ਐਲੀਮੈਂਟ ਹੁੰਦਾ ਜੀ ਕਾਹਦਾ ਬਣਿਆ ਹੁੰਦਾ ਜੀ? ਆਪਸ਼ਨ ਨੰਬਰ 1 ਹੈ ਜੀ ਨਾਈਕ੍ਰੋਮ ਤਾਰ ਦਾ, ਆਪਸ਼ਨ ਨੰਬਰ 2 ਹੈ ਜੀ ਟੰਗਸਟਨ ਤਾਰ ਦਾ, ਆਪਸ਼ਨ ਨੰਬਰ 3 ਹੈ ਯੂਰੀਕਾ ਤਾਰ ਦਾ, ਆਪਸ਼ਨ ਨੰਬਰ 4 ਹੈ ਜੀ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 1 ਨਾਈਕ੍ਰੋਮ ਤਾਰ ਦਾ। ਜੋ ਹੀਟਰ ਦਾ ਐਲੀਮੈਂਟ ਬਣਿਆ ਹੁੰਦਾ ਜੀ ਉਹ ਨਾਈਕ੍ਰੋਮ ਤਾਰ ਦਾ ਬਣਿਆ ਹੁੰਦਾ ਹੈ। ਨੈਕਸਟ ਕੁਸ਼ਚਨ ਹੈ ਸਾਡਾ ਜੀ ਲੈਡ ਐਸਿਡ ਬੈਟਰੀ ਨੂੰ ਕੀ ਨਹੀਂ ਕਿਹਾ ਜਾਂਦਾ? ਅਸੀਂ ਦੱਸਣਾ ਜੀ ਜੋ ਲੈਡ ਐਸਿਡ ਬੈਟਰੀ ਹੁੰਦੀ ਹੈ ਜੀ ਉਸਨੂੰ ਇਹਨਾਂ ਵਿੱਚੋਂ ਕੀ ਨਹੀਂ ਕਿਹਾ ਜਾਂਦਾ ਜੀ? ਆਪਸ਼ਨ ਨੰਬਰ 1 ਹੈ ਸਟੋਰੇਜ ਸੈੱਲ, ਆਪਸ਼ਨ ਨੰਬਰ 2 ਹੈ ਸੈਕੰਡਰੀ ਸੈੱਲ, ਆਪਸ਼ਨ ਨੰਬਰ 3 ਹੈ ਅਕਮੂਲੇਟਰ, ਆਪਸ਼ਨ ਨੰਬਰ 4 ਹੈ ਪ੍ਰਾਇਮਰੀ ਸੈੱਲ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 4 ਪ੍ਰਾਇਮਰੀ ਸੈੱਲ। ਜੋ ਲੈਡ ਐਸਿਡ ਬੈਟਰੀ ਹੁੰਦੀ ਹੈ ਜੀ ਉਸਨੂੰ ਅਸੀਂ ਪ੍ਰਾਇਮਰੀ ਸੈੱਲ ਨਹੀਂ ਕਹਿ ਸਕਦੇ। ਠੀਕ ਹੈ ਜੀ, ਉਸਨੂੰ ਅਸੀਂ ਸਟੋਰੇਜ ਸੈੱਲ ਵੀ ਕਹਿ ਸਕਦੇ ਹਾਂ, ਸੈਕੰਡਰੀ ਸੈੱਲ ਵੀ ਕਹਿ ਸਕਦੇ ਹਾਂ ਅਤੇ ਅਕਮੂਲੇਟਰ ਵੀ ਕਹਿ ਸਕਦੇ ਹਾਂ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਸਾਡਾ ਜੀ ਫਿਊਜ ਬਦਲਦੇ ਸਮੇਂ ਮੇਨ ਸਵਿੱਚ, ਜਦੋਂ ਫਿਊਜ ਬਦਲਦੇ ਹਾਂ ਅਸੀਂ ਮੇਨ ਸਵਿੱਚ ਕੀ ਹੁੰਦੀ ਹੈ ਜੀ? ਆਪਸ਼ਨ ਨੰਬਰ 1 ਹੈ ਜੀ ਔਨ ਰਹੇਗਾ, ਆਪਸ਼ਨ ਨੰਬਰ 2 ਹੈ ਜੀ ਔਫ ਰਹੇਗਾ, ਆਪਸ਼ਨ ਨੰਬਰ 3 ਹੈ ਕੋਈ ਪੋਜੀਸ਼ਨ ਵੀ ਹੋ ਸਕਦੀ ਹੈ, ਆਪਸ਼ਨ ਨੰਬਰ 4 ਹੈ 1 ਤੇ 2 ਅਤੇ 3 ਗਲਤ ਹਨ।
ਇਹਦਾ ਸਹੀ ਆਂਸਰ ਕੀ ਹੈ ਜੀ? ਆਪਸ਼ਨ ਨੰਬਰ 2 ਆਫ ਰਹੇਗਾ। ਜਦੋਂ ਅਸੀਂ ਫਿਊਜ਼ ਬਦਲਦੇ ਹਾਂ ਜੀ, ਉਸ ਸਮੇਂ ਜੋ ਮੇਨ ਸਵਿੱਚ ਹੁੰਦੀ ਹੈ ਉਸ ਨੂੰ ਆਫ ਕਰਨਾ ਪੈਂਦਾ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਾਡਾ ਜੀ, ਕਿਸੇ ਵੀ ਬਿਲਡਿੰਗ ਦੇ ਉੱਚੇ ਤੋਂ ਉੱਚੇ ਥਾਂ ਤੋਂ ਬਿਜਲੀ ਦੀਆਂ ਤਾਰਾਂ ਦਾ ਨੀਵਾਂ ਕੰਡਕਟਰ ਹੋਵੇਗਾ। ਆਪਸ਼ਨ ਨੰਬਰ 1 ਹੈ 2.44 ਮੀਟਰ, ਆਪਸ਼ਨ ਨੰਬਰ 2 ਹੈ 1.22 ਮੀਟਰ, ਆਪਸ਼ਨ ਨੰਬਰ 3 ਹੈ 1.83 ਮੀਟਰ, ਆਪਸ਼ਨ ਨੰਬਰ 4 ਹੈ 1.219 ਮੀਟਰ। ਤਾਂ ਇਹਦਾ ਸਹੀ ਆਨਸਰ ਕੀ ਆਊਗਾ ਜੀ? ਆਪਸ਼ਨ ਨੰਬਰ 1 2.44 ਮੀਟਰ, ਜੋ ਉਸਦਾ ਤਾਰ ਦਾ ਨੀਵਾਂ ਕੰਡਕਟਰ ਕਿੰਨਾ ਹੁੰਦਾ ਜੀ? 2.44 ਮੀਟਰ। ਠੀਕ ਹੈ ਜੀ। ਨੈਕਸਟ ਹੈ ਸਾਡੇ ਕੋਲ, ਕਿਸੇ ਵੀ ਮਕਾਨ ਦੇ ਨਾਲ ਨਾਲ ਜਾਂਦੇ ਕੰਡਕਟਰ ਦਾ ਫਾਸਲਾ ਹੋਵੇਗਾ। ਜੋ ਘਰਾਂ ਦੇ ਨਾਲ ਨਾਲ ਕੰਡਕਟਰ ਜਾਂਦੇ ਨੇ ਜੀ, ਉਹਨਾਂ ਦਾ ਫਾਸਲਾ ਕਿੰਨਾ ਹੁੰਦਾ ਜੀ? ਆਪਸ਼ਨ ਨੰਬਰ 1 ਹੈ 2.44 ਮੀਟਰ, ਆਪਸ਼ਨ ਨੰਬਰ 2 ਹੈ 1.22 ਮੀਟਰ, ਆਪਸ਼ਨ ਨੰਬਰ 3 ਹੈ 1.83 ਮੀਟਰ, ਆਪਸ਼ਨ ਨੰਬਰ 4 ਹੈ 1.219 ਮੀਟਰ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 4, 1.219 ਮੀਟਰ। ਠੀਕ ਹੈ ਜੀ। ਜੋ ਘਰਾਂ ਦੇ ਨਾਲ ਨਾਲ ਕੰਡਕਟਰ ਜਾਂਦੇ ਨੇ ਜੀ, ਉਹਨਾਂ ਦੇ ਵਿਚਕਾਰ ਫਾਸਲਾ 1.219 ਮੀਟਰ ਦਾ ਹੁੰਦਾ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਸਾਡਾ ਜੀ, ਟੈਲੀਫੋਨ ਦੀਆਂ ਤਾਰਾਂ ਤੇ ਬਿਜਲੀ ਸਪਲਾਈ ਲਾਈਨ ਫਾਸਲਾ ਆਮ ਤੌਰ ਤੇ ਹੁੰਦਾ ਹੈ। ਜੋ ਟੈਲੀਫੋਨ ਦੀਆਂ ਤਾਰਾਂ ਹੁੰਦੀਆਂ ਨੇ ਜੀ, ਉਹਨਾਂ ਦੇ ਵਿੱਚ ਬਿਜਲੀ ਸਪਲਾਈ ਲਾਈਨ ਦਾ ਫਾਸਲਾ ਕਿੰਨਾ ਹੁੰਦਾ ਜੀ? ਆਪਸ਼ਨ ਨੰਬਰ 1 ਹੈ 2.44 ਮੀਟਰ, ਆਪਸ਼ਨ ਨੰਬਰ 2 ਹੈ 1.22 ਮੀਟਰ, ਆਪਸ਼ਨ ਨੰਬਰ 3 ਹੈ 1.83 ਮੀਟਰ, ਆਪਸ਼ਨ ਨੰਬਰ 4 ਹੈ 1.219 ਮੀਟਰ। ਤਾਂ ਇਸਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 4, 1.219 ਮੀਟਰ। ਠੀਕ ਹੈ ਜੀ। 1.219 ਮੀਟਰ ਹੁੰਦਾ ਜੀ ਟੈਲੀਫੋਨ ਦੀਆਂ ਤਾਰਾਂ ਦਾ ਲਾਈਨਾਂ ਦੇ ਵਿਚਕਾਰ ਫਾਸਲਾ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਾਡਾ ਜੀ, ਕੰਡਕਟਰ ਦੀ ਰੈਜ਼ਿਸਟੈਂਸ ਨਿਰਭਰ ਕਰਦੀ ਹੈ। ਆਪਸ਼ਨ ਨੰਬਰ 1 ਹੈ ਲੰਬਾਈ ਤੇ, ਆਪਸ਼ਨ ਨੰਬਰ 2 ਹੈ ਐਕਸ ਸੈਕਸ਼ਨਲ ਏਰੀਆ ਤੇ, ਆਪਸ਼ਨ ਨੰਬਰ 3 ਹੈ ਰੋ ਤੇ, ਆਪਸ਼ਨ ਨੰਬਰ 4 ਹੈ ਉਪਰੋਕਤ ਸਭਨਾ ਤੇ। ਤਾਂ ਇਸਦਾ ਸਹੀ ਆਨਸਰ ਕੀ ਆਊਗਾ ਜੀ? ਆਪਸ਼ਨ ਨੰਬਰ 4, ਉਪਰੋਕਤ ਸਭਨਾ ਤੇ। ਲੰਬਾਈ ਹੋ ਗਈ, ਸੈਕਸ਼ਨਲ ਏਰੀਆ ਹੋ ਗਿਆ ਜੀ, ਅਤੇ ਰੋ ਹੋ ਗਈ। ਇਹਨਾਂ ਸਾਰਿਆਂ ਤੇ ਹੀ ਜੋ ਕੰਡਕਟਰ ਦੀ ਰੈਜ਼ਿਸਟੈਂਸ ਹੁੰਦੀ ਹੈ ਜੀ, ਉਹ ਨਿਰਭਰ ਕਰਦੀ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਇਲੈਕਟ੍ਰੋਲਾਈਸਿਸ ਦੁਆਰਾ ਮੁਕਤ ਕੀਤੀ ਗਈ ਧਾਤੂ ਦਾ ਭਾਰ ਸਿੱਧੇ ਅਨੁਪਾਤ ਵਿੱਚ ਹੁੰਦਾ ਹੈ। ਅਸੀਂ ਦੱਸਣਾ ਜੀ ਕਿਸ ਦੇ ਨਾਲ ਹੁੰਦਾ ਜੀ ਅਨੁਪਾਤ ਦੇ ਵਿੱਚ। ਆਪਸ਼ਨ ਨੰਬਰ 1 ਹੈ ਕੈਮੀਕਲ ਤਲਾਂਕ, ਆਪਸ਼ਨ ਨੰਬਰ 2 ਹੈ ਕਰੰਟ, ਆਪਸ਼ਨ ਨੰਬਰ 3 ਹੈ ਟਾਈਮ, ਆਪਸ਼ਨ ਨੰਬਰ 4 ਹੈ ਉਪਰੋਕਤ ਸਾਰੇ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 4, ਉਪਰੋਕਤ ਸਾਰੇ। ਇਹ ਸਾਰਿਆਂ ਦੇ ਹੀ ਸਿੱਧੇ ਅਨੁਪਾਤ ਵਿੱਚ ਹੁੰਦਾ ਹੈ। ਨੈਕਸਟ ਕੁਐਸਚਨ ਹੈ ਸਾਡਾ, ਫ੍ਰੀਕੁਐਂਸੀ ਵਧਾਇਆ ਕਪੈਸਿਟਿਵ ਰਿਐਕਟੈਂਸ ਦੀ ਮਾਤਰਾ ਹੁੰਦੀ ਹੈ। ਜਦੋਂ ਅਸੀਂ ਫ੍ਰੀਕੁਐਂਸੀ ਨੂੰ ਵਧਾਉਂਦੇ ਹਾਂ ਜੀ, ਉਸ ਸਮੇਂ ਕਪੈਸਿਟਿਵ ਰਿਐਕਟੈਂਸ ਦੀ ਮਾਤਰਾ ਕਿੰਨੀ ਹੁੰਦੀ ਹੈ ਜੀ? ਆਪਸ਼ਨ ਨੰਬਰ 1 ਹੈ ਵੱਧਦੀ ਹੈ, ਆਪਸ਼ਨ ਨੰਬਰ 2 ਹੈ ਘੱਟ, ਆਪਸ਼ਨ ਨੰਬਰ 3 ਹੈ ਸਥਿਰ, ਆਪਸ਼ਨ ਨੰਬਰ 4 ਹੈ ਜ਼ੀਰੋ। ਅਸੀਂ ਦੱਸਣਾ ਜੀ ਉਹ ਵੱਧਦੀ ਹੈ, ਘੱਟਦੀ ਹੈ, ਸਥਿਰ ਰਹਿੰਦੀ ਹੈ ਜਾਂ ਜ਼ੀਰੋ ਹੁੰਦੀ ਹੈ। ਇਸਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 2, ਘੱਟ ਹੁੰਦੀ ਹੈ। ਠੀਕ ਹੈ ਜੀ। ਜਦੋਂ ਅਸੀਂ ਫ੍ਰੀਕੁਐਂਸੀ ਨੂੰ ਵਧਾਉਂਦੇ ਹਾਂ ਜੀ, ਤਾਂ ਕਪੈਸਿਟਿਵ ਰਿਐਕਟੈਂਸ ਹੈ ਜਿਹੜੀ ਉਹ ਘੱਟਦੀ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਸਾਡਾ ਜੀ, ਕਿਸ ਡੀਸੀ ਮੋਟਰ ਨੂੰ ਲੋਡ ਬਿਨਾ ਨਹੀਂ ਚਲਾਇਆ ਜਾਂਦਾ? ਅਸੀਂ ਦੱਸਣਾ ਜੀ ਉਹ ਕਿਹੜੀ ਡੀਸੀ ਮੋਟਰ ਹੈ ਜੀ ਜਿਸ ਨੂੰ ਬਿਨਾ ਲੋਡ ਤੋਂ ਨਹੀਂ ਚਲਾਇਆ ਜਾਂਦਾ ਜੀ। ਆਪਸ਼ਨ ਨੰਬਰ 1 ਹੈ ਸ਼ੰਟ ਮੋਟਰ, ਆਪਸ਼ਨ ਨੰਬਰ 2 ਹੈ ਕਮਿਊਲੇਟਿਵ ਕੰਪਾਊਂਡ ਮੋਟਰ, ਆਪਸ਼ਨ ਨੰਬਰ 3 ਹੈ ਸੀਰੀਜ਼ ਮੋਟਰ, ਆਪਸ਼ਨ ਨੰਬਰ 4 ਹੈ ਡਿਫਰੈਂਸ਼ੀਅਲ ਕੰਪਾਊਂਡ ਮੋਟਰ। ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 3, ਸੀਰੀਜ਼ ਮੋਟਰ। ਜੋ ਸੀਰੀਜ਼ ਮੋਟਰ ਹੁੰਦੀ ਹੈ ਜੀ, ਉਸ ਨੂੰ ਅਸੀਂ ਲੋਡ ਤੋਂ ਬਿਨਾ ਨਹੀਂ ਚਲਾ ਸਕਦੇ। ਠੀਕ ਹੈ ਜੀ। ਉਸ ਉੱਤੇ ਲੋਡ ਪਾਉਣਾ ਜ਼ਰੂਰੀ ਹੈ। ਨੈਕਸਟ ਕੁਐਸਚਨ ਹੈ ਜੀ, ਡੀਸੀ ਜਨਰੇਟਰ ਵਿੱਚ ਕਮਿਊਟੇਟਰ ਦਾ ਕੰਮ ਹੁੰਦਾ ਹੈ। ਜੋ ਡੀਸੀ ਜਨਰੇਟਰ ਦੇ ਵਿੱਚ ਕਮਿਊਟੇਟਰ ਹੁੰਦਾ ਜੀ, ਅਸੀਂ ਉਸਦਾ ਕੰਮ ਦੱਸਣਾ ਕੀ ਹੁੰਦਾ ਹੈ? ਆਪਸ਼ਨ ਨੰਬਰ 1 ਹੈ ਜੀ, ਪੈਦਾ ਹੋਈ EMF ਨੂੰ ਬਾਹਰਲੇ ਸਰਕਟ ਵਿੱਚ ਸਪਲਾਈ ਕਰਦਾ ਹੈ। ਆਪਸ਼ਨ ਨੰਬਰ 2 ਹੈ ਆਰਮੇਚਰ ਵਿੱਚ ਪੈਦਾ ਹੋਈ AC ਨੂੰ DC ਵਿੱਚ ਬਦਲਦਾ ਹੈ। ਆਪਸ਼ਨ ਨੰਬਰ 3 ਹੈ 1 ਅਤੇ 2 ਵਾਲੇ ਦੋਵੇਂ ਕੰਮ ਕਰਦਾ ਹੈ। ਆਪਸ਼ਨ ਨੰਬਰ 4 ਹੈ ਉਪਰੋਕਤ ਵਿੱਚੋਂ ਕੋਈ ਨਹੀਂ। ਇਹਦਾ ਸਹੀ ਆਨਸਰ ਕੀ ਹੈ ਜੀ? ਆਪਸ਼ਨ ਨੰਬਰ 3, 1 ਅਤੇ 2 ਦੋਵੇਂ। ਉਹ ਜੋ EMF ਪੈਦਾ ਹੁੰਦੀ ਹੈ ਜੀ, ਉਸ ਨੂੰ ਬਾਹਰਲੇ ਸਰਕਟ ਵਿੱਚ ਵੀ ਸਪਲਾਈ ਕਰਦੇ ਜੀ, ਅਤੇ ਜੋ ਆਰਮੇਚਰ ਦੇ ਵਿੱਚ AC ਹੁੰਦੀ ਹੈ, ਉਸ ਨੂੰ DC ਦੇ ਵਿੱਚ ਬਦਲਦਾ ਹੈ। ਠੀਕ ਹੈ ਜੀ। ਇਹ ਦੋਨੇ ਕੰਮ ਇਹ ਕਰਦਾ ਹੈ ਜੀ, ਕਮਿਊਟੇਟਰ ਹੁੰਦਾ ਜੋ DC ਜਨਰੇਟਰ ਦੇ ਵਿੱਚ। ਨੈਕਸਟ ਕੁਐਸਚਨ ਹੈ ਸਾਡਾ ਜੀ, ਸਭ ਤੋਂ ਵੱਧ ਹਾਈ ਵੋਲਟੇਜ ਤੇ ਕਿਹੜਾ ਯੰਤਰ ਕੰਮ ਕਰਦਾ ਹੈ? ਅਸੀਂ ਦੱਸਣਾ ਜੀ ਸਭ ਤੋਂ ਵੱਧ ਹਾਈ ਵੋਲਟੇਜ ਤੇ ਕਿਹੜਾ ਯੰਤਰ ਕੰਮ ਕਰਦਾ ਜੀ। ਆਪਸ਼ਨ ਨੰਬਰ 1 ਹੈ ਜੀ ਬੈਟਰੀ, ਆਪਸ਼ਨ ਨੰਬਰ 2 ਹੈ ਸਿੰਗਲ ਫੇਜ ਲਾਈਨ, ਆਪਸ਼ਨ ਨੰਬਰ 3 ਹੈ ਸਪਾਰ ਪਲੱਗ, ਆਪਸ਼ਨ ਨੰਬਰ 4 ਹੈ ਲਾਈਟਨਿੰਗ ਅਰੈਸਟਰ। ਤਾਂ ਇਹਦਾ ਸਹੀ ਆਨਸਰ ਕੀ ਹੈ ਜੀ?
ऑप्शन नंबर चार लाइटनिंग अरेस्टर, जो लाइटनिंग अरेस्टर होंगे जी वह सब तो वध हाई वोल्टेज से काम करता है। ठीक है जी। नेक्स्ट है जी, एक पक्षे ए का विचकारला भाग घूमता है अते बी का बाहरला भाग घूमता है, स्पष्ट है कि। ऑप्शन ए जी, ए अते बी दोवें एसी पक्षे हैं। ऑप्शन नंबर दो जी, ए अते बी दोवें डीसी पक्षे हैं। सी है जी, ए अते सी पक्खा है अते बी डीसी पक्खा है। चौथे जी, उपरोक्त विचों कोई नहीं। इसका सही आंसर की है जी ऑप्शन नंबर एक, ए अते बी दोवें एसी पक्खे हैं। ठीक है जी।